ਏਜੰਟ ਹੈ ਜਿਹੜੇ ਆਪ ਨਹੀਂ ਪੜ੍ਹੇ, ਕਈ ਏਜੰਟ ਹੈ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਯੂਨੀਵਰਸਿਟੀ ਕਾਲਜ ਨਾਲ ਗੱਲ ਨਹੀਂ ਕਰ ਸਕਦੇ, ਕਈ ਏਜੰਟ ਇੱਦਾਂ ਦੇ ਜਿਨ੍ਹਾਂ ਨੂੰ ਐਕਸਪੀਰੀਅੰਸ ਹੀ ਨਹੀਂ ਹੈਗਾ ਕਰਨਾ ਕੀ ਅਸੀਂ। ਉਹ ਦੁਕਾਨਦਾਰ ਹੀ ਹੈ ਕਿ ਅੱਜ ਪਰਚੀ ਕੱਟੀ 20,000 25,000 50,000 ਲਿਆ, ਅੱਗੇ ਕਿਸੇ ਚੱਜ ਦੇ ਏਜੰਟ ਨੂੰ ਕੇਸ ਦੇਦਾ, ਆਪ ਦੇ ਪੱਲੇ ਆਪ ਕੁਝ ਵੀ ਨਹੀਂ ਹੋਊਗਾ, ਪਰਚੇ ਕੱਟਦਾ ਹੀ ਹੋਊਗਾ। ਵੀਜ਼ੇ ਲੱਗ ਗਏ ਸਾਡੇ, ਹੋਰ ਕੰਪਨੀਆਂ ਦੇ ਵੀ ਵੀਜ਼ੇ ਲੱਗ ਗਏ, ਕਈ ਕੰਪਨੀਆਂ ਪਰ ਮੈਨੂੰ ਆਹ ਗੱਲ ਬਹੁਤ ਬੁਰੀ ਲੱਗਦੀ ਜਦੋਂ ਕਹਿੰਦੇ ਕਿ ਪਰਚੀਆਂ ਕੱਟਦੇ। ਪਰਚੀਆਂ ਹਰ ਕੋਈ ਕੱਟਦਾ, ਅਸੀਂ ਆਪਣਾ ਕੰਮ ਕਰਦੇ, ਅਸੀਂ ਵੀ ਕੰਮ ਕਰਕੇ ਪਰਚੀ ਕੱਟਦੇ, ਤੁਸੀਂ ਕੰਮ ਕਰਦੇ, ਤੁਸੀਂ ਵੀ ਪਰਚੀ ਕੱਟਦੇ ਹੋਗੇ। ਅਸੀਂ ਆਪਣੀ ਲਾਈਨ ਨੂੰ ਵੱਡਾ ਕਰੀਏ, ਅਸੀਂ ਏਜੰਟਾਂ ਨੂੰ ਮਾੜਾ ਕਿਉਂ ਕਹਿੰਦੇ ਕਿ ਉਹ ਪਰਚੀ ਕੱਟਦਾ, ਉਹ ਪਰਚੀ ਕੱਟਦਾ, ਉਹ ਮਤਲਬ ਵੀ ਪਰਚੀ ਕੱਟਦਾ, ਮੈਂ ਵੀ ਪਰਚੀ ਕੱਟਦਾ। ਤੁਹਾਡੀ ਐਡ ਪਰਸੋਂ ਜੇ ਵੇਖਦਾ ਪਿਆ ਸੀ ਸੋਸ਼ਲ ਮੀਡੀਆ ਤੇ, ਐਡ ਵੇਖ ਕੇ ਮੈਨੂੰ ਕਿਤੇ ਝੂਠੀ ਲੱਗੀ ਐਡ, ਕਹਿੰਦਾ ਜੀ 12ਵੀਂ ਪਾਸ ਨਾਲ ਸਪਾਊਸ ਚੱਲ ਜੂਗਾ। ਸਾਰਾ ਪੰਜਾਬ ਕਹਿੰਦਾ 12ਵੀਂ ਪਾਸ ਨਾਲ ਸਪਾਊਸ ਜਾ ਨਹੀਂ ਸਕਦਾ, ਕਹਿੰਦਾ ਰਿੱਕੀ ਸੰਧੂ ਕਹਿੰਦਾ 12ਵੀਂ ਪਾਸ ਨਾਲ ਸਪਾਊਸ ਭੇਜ ਦਾਂਗੇ। ਬੱਚਾ ਜਿਹੜਾ ਵੀ ਹੈ ਸਪਾਊਸ ਤੁਹਾਡਾ ਪਲੱਸ 2 ਹੈ, ਨਵੀਂ ਮੈਰਿਜ ਹੈ, ਓਮ ਗਲੋਬਲ ਤੁਹਾਡਾ ਸਪਾਊਸ ਕੇ ਆਸਟ੍ਰੇਲੀਆ ਲਵਾ ਕੇ ਦੇਗਾ। ਇਹ ਰਿਕਾਰਡ ਹੋ ਜੇਗੀ ਵੀਡੀਓ? ਬਿਲਕੁਲ ਜੀ ਬਿਲਕੁਲ। ਅਖੀਰਲਾ ਵੀਜ਼ਾ ਕਿੰਨੇ ਦਿਨ ਪਹਿਲਾਂ ਆਇਆ ਸੀ? ਕਿੱਥੋਂ ਦਾ? ਅਮਰੀਕਾ ਦਾ। ਮੇਰੇ ਕੋਲ ਪਰਸੋਂ ਦਾ ਵੀਜ਼ਾ ਜੇ ਅਖੀਰਲਾ। ਓਮ ਗਲੋਬਲ ਹਰ ਵਾਰ ਕਹਿੰਦੇ ਆ ਪੰਜਾਬ ਦੀ ਉਹ ਮਹਿਜ਼ ਕੰਪਨੀ ਹੈ ਜਿਹੜੀ ਹਰ ਉਸ ਵੀਜ਼ੇ ਨੂੰ ਪੋਸੀਬਲ ਕਰਕੇ ਵਿਖਾਉਂਦੀ ਹੈ ਜਿਹਨੂੰ ਬਾਕੀ ਪੰਜਾਬ ਦੇ ਕੰਸਲਟੈਂਟ ਮਨਾ ਕਰ ਦਿੰਦੇ ਨੇ। ਅੱਜ ਦੇਖ ਸਕਦੇ ਹੋ ਮੇਰੇ ਕੋਲ ਆਸਟ੍ਰੇਲੀਆ ਦੇ ਵੀਜ਼ੇ ਰੀਸੈਂਟ ਲੱਗੇ ਹੋਏ ਆ, ਮੇਰੇ ਕੋਲ ਯੂਕੇ ਦੇ ਰੀਸੈਂਟ ਵੀਜ਼ਾ ਲੱਗੇ ਆ, ਮੇਰੇ ਕੋਲ ਕੈਨੇਡਾ ਦੇ ਰੀਸੈਂਟ ਵੀਜ਼ਾ ਲੱਗੇ ਆ। ਕਿੰਨੇ ਕੁ ਵੀਜ਼ੇ ਹੋਣਗੇ ਸਰ? 12-15 ਵੀਜ਼ਾ ਯੂਕੇ ਦੇ ਆ, 8 ਵੀਜ਼ੇ ਆਸਟ੍ਰੇਲੀਆ ਦੇ ਆ, ਤੇ 5 ਵੀਜ਼ੇ ਕੈਨੇਡਾ ਦੇ ਆ ਜੋ ਰੀਸੈਂਟ ਡੇਟ ਦੇ ਵਿੱਚ ਆਏ ਆ। ਪੰਜਾਬ ਦੇ ਸਭ ਤੋਂ ਜ਼ਿਆਦਾ USA ਦੇ ਵੀਜ਼ੇ ਸਾਡੇ ਕੋਲ ਆ, ਜੇ ਕੋਈ ਸਾਡੇ ਤੋਂ ਵੱਧ ਦਿਖਾਏਗਾ ਫ੍ਰੀ ਕੰਮ ਕਰਾਂਗੇ। ਅੱਛਾ, ਇਹ ਵੀਜ਼ੇ ਤੁਸੀਂ ਕੈਨੇਡਾ ਦੇ ਮੈਂ ਵੇਖ ਪਾ ਰਿਹਾ ਜੀ, ਆਲਮੋਸਟ 4-5 ਵੀਜ਼ੇ ਤੁਸੀਂ ਕੈਨੇਡਾ ਵਿਖਾ ਰਹੇ ਹੋ ਜੀ, ਇਹ 5 ਪਿੱਛੇ ਰਿਫਿਊਜ਼ਲਾਂ ਕਿੰਨੀ ਹੈਗਾ? ਇਹ ਯੂਕੇ ਦੇ ਪਾਸਪੋਰਟ ਆ, ਆਸਟ੍ਰੇਲੀਆ ਦੇ ਪਾਸਪੋਰਟ ਆ, ਕੈਨੇਡਾ ਦੇ ਪਾਸਪੋਰਟ ਆ, ਇਹਦੇ ਵਿੱਚ ਅਮਰੀਕਾ ਦਾ ਪਾਸਪੋਰਟ ਕੋਈ ਨਹੀਂ ਦਿੱਤਾ, ਲੱਗਦਾ ਅਮਰੀਕਾ ਨੂੰ ਵੀਜ਼ੇ ਰਿਫਿਊਜ਼ ਕਰਨੇ ਸ਼ੁਰੂ ਕਰ ਦਿੱਤੇ। ਇਹ ਤੋਂ ਇਲਾਵਾ ਆਸਟ੍ਰੇਲੀਆ ਦੀ ਗੱਲ ਕਰ ਲਈ, ਯੂਕੇ ਲਈ ਕਿਹੜਾ ਬੱਚਾ ਆਵੇ? ਬਹੁਤ ਸਾਰੇ ਬੱਚੇ ਮਾਰਕੀਟ 'ਚ ਜਿਹਨਾਂ ਦੀ ਕੈਸ਼ ਲੈਟਰਾਂ ਨਹੀਂ ਮਿਲ ਪਾ ਰਹੀਆਂ, ਜਿਹਨਾਂ ਦੀ ਇੰਟਰਵਿਊਜ਼ ਕਲੀਅਰ ਨਹੀਂ ਹੋ ਪਾ ਰਹੀਆਂ, ਜਾਂ ਲੋਕ ਕਹਿੰਦੇ ਜੀ ਅਸੀਂ ਸਾਡੇ ਕੰਸਲਟੈਂਟ ਕਹਿੰਦਾ ਜੀ 15 ਲੱਖ ਦੇ ਦਿਓ, 20 ਲੱਖ ਰੁਪਇਆ ਦੇ ਦਿਓ, ਬਟ ਉਹਨਾਂ ਕੋਲ ਨਾ ਤਾਂ ਆਫਰ ਲੈਟਰ ਮੰਗਵਾਈ ਜਾ ਰਹੀ ਹੈ, ਨਾ ਕੈਸ਼ ਲੈਟਰ ਮੰਗਵਾਈ ਜਾ ਰਹੀ। ਸਤਿ ਸ਼੍ਰੀ ਅਕਾਲ ਜੀ, ਓਮ ਗਲੋਬਲ ਦੇ ਆਫਿਸ ਖੜ੍ਹੇ ਹਾਂ ਅੱਜ, ਔਰ ਓਮ ਗਲੋਬਲ ਸੋਸ਼ਲ ਮੀਡੀਆ, TV ਚੈਨਲਸ, ਅਖਬਾਰਾਂ ਦੇ ਵਿੱਚ ਇੰਨੀ ਦਿਨ ਛਾਇਆ ਹੋਇਆ। ਓਮ ਗਲੋਬਲ ਹਰ ਵਾਰ ਕਹਿੰਦੇ ਆ ਪੰਜਾਬ ਦੀ ਉਹ ਮਹਿਜ਼ ਕੰਪਨੀ ਹੈ ਜਿਹੜੀ ਹਰ ਉਸ ਵੀਜ਼ੇ ਨੂੰ ਪੋਸੀਬਲ ਕਰਕੇ ਵਿਖਾਉਂਦੀ ਹੈ ਜਿਹਨੂੰ ਬਾਕੀ ਪੰਜਾਬ ਦੇ ਕੰਸਲਟੈਂਟ ਮਨਾ ਕਰ ਦਿੰਦੇ ਨੇ। ਬਹੁਤ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਨੇ ਓਮ ਗਲੋਬਲ ਦੇ ਆਫਿਸ ਆ ਪਹੁੰਚੇ ਹਾਂ, ਆਓ ਦੇਖਦੇ ਹਾਂ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਨੇ, ਔਰ ਤੁਹਾਨੂੰ ਨਾਲ ਲੈ ਕੇ ਚੱਲਦੇ ਹਾਂ। ਇਸ ਟਾਈਮ ਆਸਟ੍ਰੇਲੀਆ ਵੀ ਵੀਜ਼ਾ ਦੇ ਰਿਹਾ, ਯੂਕੇ ਵੀ ਵੀਜ਼ਾ ਦੇ ਰਿਹਾ, ਔਰ US ਵੀ ਵੀਜ਼ਾ ਦੇ ਰਿਹਾ, ਕੈਨੇਡਾ ਵੀ ਵੀਜ਼ਾ ਦੇ ਰਿਹਾ, ਸੋ ਉਹਦੇ ਪੱਧਰ ਦੇ ਉੱਤੇ ਬੜੇ ਵਧੀਆ ਵੀਜ਼ਾਸ ਲੱਗ ਰਹੇ ਆ ਜੀ, ਔਰ ਵੀਜ਼ੇ ਲੱਗ ਰਹੇ ਆ, ਵੀਜ਼ੇ ਲੱਗੇ ਵਿਖਾ ਦਿਓ ਤੇ ਬਿਲਕੁਲ ਹੋਰ ਵੀ ਕੋਸ਼ਿਸ਼ ਆ ਗਈ ਕਿ ਵੀਜ਼ੇ ਲੱਗਦੇ ਪਏ ਆ, ਕਿਉਂਕਿ ਹਰ ਕੰਸਲਟੈਂਟ ਕਹਿੰਦਾ ਵੀਜ਼ੇ ਅੱਜ ਹਰ ਮੁਲਕ ਦੇ ਰਿਹਾ ਪਰ ਵਿਖਾ ਕੋਈ ਨਹੀਂ ਰਿਹਾ ਵੀਜ਼ੇ। ਬਿਲਕੁਲ। ਸੋ ਸਰ ਲਾਸਟ ਵੀ ਸ਼ੋਅ ਦੀ ਜਦੋਂ ਉਹੀ ਬਸ ਸੰਧੂ ਸਾਹਿਬ, ਇਹ ਤਾਂ ਰੌਣਕਾਂ ਲਾਈਆਂ ਹੋਈਆਂ ਪੂਰੇ ਵੀਜ਼ੇ ਦੀਆਂ, ਔਰ ਮੈਨੂੰ ਲੱਗਦਾ ਕਿ ਇਹ ਆਸਟ੍ਰੇਲੀਆ ਸਟੂਡੈਂਟ ਵੀਜ਼ਾ, ਕੈਨੇਡਾ ਸਟੂਡੈਂਟ ਵੀਜ਼ਾ ਔਰ UK ਸਟੂਡੈਂਟ ਵੀਜ਼ਾ ਦੀ ਬਰਸਾਤ ਹੋ ਗਈ ਇੱਥੇ, ਉਹਨਾਂ ਏਜੰਟਸ ਤੇ ਲਈ ਹੈ ਜਿਹੜੇ ਏਜੰਟ ਕਹਿੰਦੇ ਵੀਜ਼ੇ ਨਹੀਂ ਆਉਂਦੇ। ਅੱਜ ਦੇਖ ਸਕਦੇ ਹੋ ਮੇਰੇ ਕੋਲ ਆਸਟ੍ਰੇਲੀਆ ਦੇ ਵੀਜ਼ੇ ਰੀਸੈਂਟ ਲੱਗੇ ਹੋਏ ਆ, ਮੇਰੇ ਕੋਲ UK ਦੇ ਰੀਸੈਂਟ ਵੀਜ਼ਾ ਲੱਗੇ, ਮੇਰੇ ਕੋਲ ਕੈਨੇਡਾ ਦੇ ਰੀਸੈਂਟ ਵੀਜ਼ਾ ਲੱਗੇ ਆ, ਹਰ ਕੰਟਰੀ ਦੇ ਤੁਹਾਨੂੰ ਰੀਸੈਂਟ ਵੀਜ਼ਾਸ ਓਮ ਗਲੋਬਲ ਦੇ ਕੋਲੋਂ ਦੇਖਣ ਨੂੰ। ਕਿੰਨੇ ਕੁ ਵੀਜ਼ੇ ਹੋਣਗੇ ਸਰ? 12-15 ਵੀਜ਼ਾ UK ਦੇ ਆ, 8 ਵੀਜ਼ੇ ਆਸਟ੍ਰੇਲੀਆ ਦੇ ਆ, ਤੇ 5 ਵੀਜ਼ੇ ਕੈਨੇਡਾ ਦੇ ਆ ਜੋ ਰੀਸੈਂਟ ਡੇਟ ਦੇ ਵਿੱਚ ਆਏ ਆ ਕੱਲ ਦੇ। ਰਿਫਿਊਜ਼ਲ ਕਿੰਨੀਆਂ ਕਰਦੇ ਮਗਰ? ਰਿਫਿਊਜ਼ਲ ਰੇਟ ਸਰ ਦੇਖੋ ਤੁਹਾਡੀ ਰਿਪ੍ਰੈਜ਼ੈਂਟੇਸ਼ਨ ਤੇ ਡਿਪੈਂਡ ਕਰਦਾ ਕਿ ਕਿੱਦਾਂ ਐਪਲੀਕੇਸ਼ਨ ਨੂੰ ਰਿਪ੍ਰੈਜ਼ੈਂਟ ਕਰਦੇ ਹੋ, ਕਿਹੜੀ ਐਪਲੀਕੇਸ਼ਨ ਤੁਸੀਂ ਲੈ ਰਹੇ ਹੋ, ਉਸ ਚੀਜ਼ ਤੇ ਡਿਪੈਂਡ ਕਰਦਾ ਕਿ ਐਪਲੀਕੇਸ਼ਨ ਗ੍ਰਾਂਟ ਹੋਣੀ ਆ ਰਿਫਿਊਜ਼ ਹੋਣੀ ਆ। ਪਰ ਰੌਲਾ ਬੜਾ ਮਾਰਕੀਟ 'ਚ, ਕਹਿੰਦੇ ਵੀਜ਼ੇ ਬਹੁਤ ਰਿਫਿਊਜ਼ ਹੁੰਦੇ ਆ, ਕਿਹੜੀ ਕੰਟਰੀ ਰਿਫਿਊਜ਼ ਹੁੰਦੇ ਆ? ਕੈਨੇਡਾ ਰਿਫਿਊਜ਼ ਹੋ ਰਿਹਾ, ਅਮਰੀਕਾ ਰਿਫਿਊਜ਼ ਹੋ ਰਿਹਾ, ਚਲੋ UK ਤੇ ਜਾਂਦਾ ਹੀ ਬੜੀ ਮੁਸ਼ਕਿਲ ਪਿਆ ਐਮਬੈਸੀ ਕੇਸ, ਔਰ ਜੇ ਜਾਂਦਾ ਵੀ ਆ ਤੇ ਘੱਟੋ ਘੱਟ 45-45 ਦਿਨ ਵੀਜ਼ਾ ਨਹੀਂ ਆ ਰਿਹਾ ਜੀ। ਸੋ ਸਰ ਗੱਲ ਕਰਦੇ ਆ ਨਾ ਕਿ ਕਈ ਕੰਸਲਟੈਂਟ ਕਹਿੰਦੇ ਆ ਕਿ ਕੈਨੇਡਾ ਬੰਦ ਹੋ ਗਿਆ, ਕੋਈ ਕੰਟਰੀ ਬੰਦ ਨਹੀਂ ਹੁੰਦੀ, ਰੀਸੈਂਟ ਮੇਰੇ ਕੋਲ ਲੱਗੇ ਹੋਏ ਵੀਜ਼ੇ ਆ। ਤੁਸੀਂ ਇੱਕ ਸਵਾਲ ਮੈਨੂੰ ਕੀਤਾ ਕਿ ਵੀਜ਼ਾ ਦੀ ਰੇਸ਼ੋ ਕੀ ਹੈ, ਰਿਫਿਊਜ਼ ਕਿਹੜੇ ਕਲਾਇੰਟ ਹੁੰਦੇ ਆ? ਕਈ ਏਜੰਟ ਦੀ ਨਾ ਮਾਰਕੀਟਿੰਗ ਇਸ ਤਰੀਕੇ ਦੇ ਨਾਲ ਹੈ, ਪਹਿਲਾਂ ਬਾਅਦ ਦਿੰਦੇ ਸਟੂਡੈਂਟ ਦੇ, 4 ਵਾਰ ਰਿਫਿਊਜ਼ਲ ਲੈ ਮੇਕੋ ਆਓ, 5 ਵਾਰ ਰਿਫਿਊਜ਼ਲ ਲੈ ਮੇਕੋ ਆਓ, ਜਿਹੜੀ ਐਪਲੀਕੇਸ਼ਨ ਤੁਸੀਂ ਆਲਰੇਡੀ ਨਿਚੋੜਦਾ ਉਹ ਚੋਂ ਕੀ ਕੱਢਣਾ ਚਾਹੁੰਦੇ ਹੋ, ਇੱਕ ਤਰੀਕੇ ਨਾਲ ਫਾਈਲ ਨੂੰ ਰੀਪ੍ਰੈਜ਼ੈਂਟ ਕਰੋ, ਫੇਕ ਡਾਕੂਮੈਂਟ ਨਾ ਲਗਾਓ, ਆ ਰਿਜ਼ਲਟ ਤੁਹਾਡੇ ਸਾਹਮਣੇ ਕੈਨੇਡਾ ਦੇ ਆ। ਅੱਛਾ, ਇਹ ਵੀਜ਼ੇ ਤੁਸੀਂ ਕੈਨੇਡਾ ਦੇ ਮੈਂ ਵੇਖ ਪਾ ਰਿਹਾ ਜੀ, ਆਲਮੋਸਟ 4-5 ਵੀਜ਼ੇ ਤੁਸੀਂ ਕੈਨੇਡਾ ਵਿਖਾ ਰਹੇ ਹੋ ਜੀ, ਇਹ 5 ਪਿੱਛੇ ਰਿਫਿਊਜ਼ਲਾਂ ਕਿੰਨੀਆਂ ਹੈਗਾ ਸਰ? ਉਹੀ ਚੀਜ਼ ਹੈ ਕਿ ਐਪਲੀਕੇਸ਼ਨ ਕੀ ਲੈ ਰਹੇ ਹੋ ਤੁਸੀਂ,
ਅੱਜ ਦੀ ਡੇਟ ਚ ਕੈਨੇਡਾ ਦਸਾਂ ਦੇ ਵਿੱਚੋਂ 7-8 ਐਪਲੀਕੇਸ਼ਨ ਨੂੰ ਵੀਜ਼ਾ ਦੇ ਦੀ ਜਿਹੜੀ ਕਿਹੜੀ ਐਪਲੀਕੇਸ਼ਨ ਲੈ ਰਹੇ ਹੋ ਆਪਾਂ ਆਪਣੀ ਗੱਲ ਕਰਦੇ ਹਾਂ ਲੋਕਾਂ ਨੂੰ ਛੱਡੋ ਲੋਕ ਬਹੁਤ ਕੁਝ ਦੇਖੋ ਜੋ ਹਾਈ ਕਮਿਸ਼ਨ ਦੀ ਰਿਕੁਆਇਰਮੈਂਟ ਆ ਜੋ ਕਾਲਜਸ ਦੀ ਰਿਕੁਆਇਰਮੈਂਟ ਆ 6 ਈਚ ਬੈਂਡ ਵਾਲਾ ਬੱਚਾ ਪਲੱਸ 2 2021-2022 ਪਾਸ ਆਊਟ 6 ਈਚ ਬੈਂਡ ਸਕੋਰ ਆ 65% ਨੰਬਰ ਆ ਉਹਦਾ ਵੀਜ਼ਾ ਲੱਗ ਜਾਂਦਾ ਚਲੋ 6 ਬੈਂਡ ਵਾਲੇ ਦੇ ਵੀਜ਼ਾ ਲਵਾ ਦਿੰਦੇ ਸਾਰੇ ਹੁਣ ਜਿਹੜਾ ਰਿਫਿਊਜ਼ ਹੋ ਗਿਆ ਉਹਨੂੰ ਕੀ ਕਰੀਏ ਰਿਫਿਊਜ਼ਲ ਐਪਲੀਕੇਸ਼ਨ ਦੇਖੋ ਰਿਫਿਊਜ਼ਲ ਕੋਈ ਕ੍ਰਾਈਮ ਨਹੀਂ ਹੈ ਕਈ ਏਜੰਟ ਦੀ ਰਿਪ੍ਰੈਜ਼ੈਂਟੇਸ਼ਨ ਮਾੜੀ ਹੈ ਕਈਆਂ ਨੂੰ ਖੁਦ ਦੀ ਨਹੀਂ ਸਮਝ ਕਿ ਕੋਰਸ ਕਿਹੜਾ ਦੇਣਾ ਕਾਲਜ ਕਿਹੜਾ ਦੇਣਾ ਜੇ ਉੱਥੇ ਗਲਤੀ ਹੈ ਸਾਡੇ ਕੋਲ ਆਓ ਅਸੀਂ ਐਪਲੀਕੇਸ਼ਨ ਨੂੰ ਰੀਲੌਂਚ ਕਰਾਂਗੇ ਉਹਦੇ 'ਚ ਵੀਜ਼ਾ ਮਿਲ ਜਾਊਗਾ ਜੀ ਇਹ ਓਮ ਗਲੋਬਲ ਦੇ ਸਭ ਤੋਂ ਵੱਧ ਵੀਜ਼ੇ ਕਿਹੜੇ ਮੁਲਕ ਦੇ ਆ ਰਹੇ ਆ ਫਿਰ ਉਸ ਤੋਂ ਬਾਅਦ ਸਵਾਲ ਬਹੁਤ ਤਿੱਖਾ ਜਿਹਾ ਤੁਹਾਡੇ ਲਿਖ ਪਿਆ ਸਰ ਦੇਖੋ ਮੇਰੇ ਕੋਲ ਹਰ ਕੰਟਰੀ ਦੇ ਵੀਜ਼ੇ ਆ ਜੋ ਡਿਸਪਲੇ ਆ ਆਲਰੇਡੀ ਰੀਸੈਂਟ ਵੀਜ਼ੇ ਚੈੱਕ ਕਰੋ ਫਿਰ ਮੇਰੇ ਕੋਲ ਆਓ ਮੈਂ ਸਾਰੇ ਕਲਾਇੰਟਸ ਨੂੰ ਇਹੀ ਗੱਲ ਕਹਿਣਾ ਚਾਹੂੰਗਾ ਸਵਾਲ ਤੇ ਗੱਲ ਕਰੋ ਅਮਰੀਕਾ ਬੰਦ ਕਰਤਾ ਹੁਣ ਬਿਲਕੁਲ ਬੰਦ ਨਹੀਂ ਹੈਗਾ ਅਮਰੀਕਾ ਦੇ ਵੀਜ਼ੇ ਵੀ ਹੈ ਜੀ ਬਹੁਤ ਵੀਜ਼ੇ ਵੇਖੇ ਮੈਂ 3-4 ਮਹੀਨੇ ਪਹਿਲਾਂ ਓਮ ਗਲੋਬਲ ਦੇ ਪਰ ਹੁਣ ਜਿੰਨੇ ਵੀ ਪਾਸਪੋਰਟ ਦੇਖ ਪਾ ਰਿਹਾ ਇਹ ਯੂਕੇ ਦੇ ਪਾਸਪੋਰਟ ਆ ਆਸਟ੍ਰੇਲੀਆ ਦੇ ਪਾਸਪੋਰਟ ਆ ਕੈਨੇਡਾ ਦੇ ਪਾਸਪੋਰਟ ਆ ਇਹਦੇ ਵਿੱਚ ਅਮਰੀਕਾ ਦਾ ਪਾਸਪੋਰਟ ਕੋਈ ਨਹੀਂ ਦੇਖਦਾ ਲੱਗਦਾ ਅਮਰੀਕਾ ਨੂੰ ਵੀਜ਼ੇ ਰਿਫਿਊਜ਼ ਕਰਨੇ ਸ਼ੁਰੂ ਕਰ ਦਿੱਤੇ ਅਮਰੀਕਾ ਨੇ ਵੀਜ਼ੇ ਰਿਫਿਊਜ਼ ਨਹੀਂ ਕੀਤੇ ਅਮਰੀਕਾ ਦੇ ਵੀਜ਼ੇ ਵੀ ਲੱਗੇ ਆ ਅਮਰੀਕਾ ਦਾ ਪ੍ਰੋਸੈਸ ਕੈਨੇਡਾ ਦਾ ਇਦਾਂ ਕਿ PPR ਆ ਗਈ ਯੂਕੇ ਵੀ ਆ ਜਾਂਦਾ ਅਮਰੀਕਾ ਦੇ ਵਿੱਚ ਜਦੋਂ ਵੀਜ਼ਾ ਆਫੀਸਰ ਨੇ ਤੁਹਾਡਾ ਪਾਸਪੋਰਟ ਰੱਖ ਲਿਆ ਉਹ 4-5 ਦਿਨ 'ਚ ਡਿਸਪਲੇ ਹੋ ਜਾਂਦਾ ਲਾਈਕ ਜਦੋਂ ਸਟੈਂਪਿੰਗ ਹੋ ਗਈ ਫਿਰ ਤੁਹਾਡੇ ਕੋਲ 4-5 ਦਿਨ ਬਾਅਦ ਆਉਂਦਾ ਨੈਕਸਟ ਵੀਕ ਤੁਹਾਨੂੰ USA ਦੇ ਵੀਜ਼ੇ ਲੱਗੇ ਹੋਏ ਦਿਖਾਵਾਂਗੇ ਅਖੀਰਲਾ ਵੀਜ਼ਾ ਕਿੰਨੇ ਦਿਨ ਪਹਿਲਾਂ ਆਇਆ ਸੀ ਕਿੱਥੋਂ ਦਾ ਅਮਰੀਕਾ ਦਾ ਮੇਰੇ ਕੋਲ ਪਰਸੋਂ ਦਾ ਵੀਜ਼ਾ ਜੇ ਖਰੀਦ ਲਾ ਪਰਸੋਂ ਦਾ ਵੀਜ਼ਾ ਜੀ ਠੀਕ ਹੈ ਕੀ ਵੇਖ ਕੇ ਅਮਰੀਕਾ ਵੀਜ਼ਾ ਦਿੰਦਾ ਪਿਆ ਅੱਜ ਕਿਉਂਕਿ ਬੱਚਾ ਨਾ ਮਾਰਕੀਟ 'ਚ ਅਮਰੀਕਾ ਨੂੰ ਲੈ ਕੇ ਤੇ ਯੂਕੇ ਨੂੰ ਲੈ ਕੇ ਬਹੁਤ ਕੁਐਰੀਜ਼ ਆ ਅੱਜ ਆਸਟ੍ਰੇਲੀਆ ਵੀਜ਼ਾ ਦੇ ਰਿਹਾ ਯੂਕੇ ਵੀਜ਼ਾ ਦੇ ਰਿਹਾ ਕੈਨੇਡਾ ਦੇ ਰਿਹਾ US ਦੇ ਰਿਹਾ ਹਰ ਕੰਟਰੀ ਨੇ ਆਪਣੇ ਵੀਜ਼ੇ ਓਪਨ ਹੈ ਜੀ ਜਿੰਨੀ ਐਪਲੀਕੇਸ਼ਨ ਲੱਗਦੀ ਹੈ ਮੈਕਸਿਮਮ ਤਰੀਕੇ ਦੇ ਨਾਲ ਉਹਨੂੰ ਫਾਈਲ ਨੂੰ ਕਰੋ ਚੰਗੇ ਤਰੀਕੇ ਨਾਲ ਫਾਈਲ ਕਰੋ ਵੀਜ਼ਾ ਲੱਗ ਜਾਂਦਾ ਤੁਸੀਂ ਕਹਿ ਰਹੇ ਹੋ ਕੈਨੇਡਾ ਰਿਫਿਊਜ਼ ਕਰ ਰਿਹਾ ਤੁਹਾਡੇ ਵੀਜ਼ੇ ਲੱਗਦੇ ਪਏ ਆ 6 ਈਚ ਦੀ ਰਿਕੁਆਇਰਮੈਂਟ ਤੁਸੀਂ ਕਰਦੇ ਪਏ ਹੋ ਹੁਣ 6 ਈਚ ਵਾਲੇ ਰਿਫਿਊਜ਼ ਹੋ ਗਏ ਚਲੋ ਆਪਾਂ ਉਹਨਾਂ ਦੀ ਬਾਅਦ 'ਚ ਗੱਲ ਕਰ ਲਾਂਗੇ ਆਸਟ੍ਰੇਲੀਆ ਦੀ ਗੱਲ ਕਰ ਲਈਏ ਆਸਟ੍ਰੇਲੀਆ ਕਿਹੜਾ ਪ੍ਰੋਫਾਈਲ ਮੰਗਦੇ ਪਏ ਮੈਂ ਤੁਹਾਡੀ ਐਡ ਪਰਸੋਂ 'ਚ ਵੇਖਦਾ ਪਿਆ ਸੀ ਸੋਸ਼ਲ ਮੀਡੀਆ 'ਤੇ ਐਡ ਵੇਖ ਕੇ ਮੈਨੂੰ ਕਿਤੇ ਝੂਠੀ ਜਿਹੀ ਲੱਗੀ ਐਡ ਕਹਿੰਦਾ ਜੀ 12ਵੀਂ ਪਾਸ ਨਾਲ ਸਪਾਊਸ ਚੱਲ ਜੂਗਾ ਸਾਰਾ ਪੰਜਾਬ ਕਹਿੰਦਾ 12ਵੀਂ ਪਾਸ ਨਾਲ ਸਪਾਊਸ ਜਾ ਨਹੀਂ ਸਕਦਾ ਕੱਲਾ ਰਿੱਕੀ ਸੰਧੂ ਕਹਿੰਦਾ 12ਵੀਂ ਪਾਸ ਨਾਲ ਸਪਾਊਸ ਭੇਜ ਦਾਂਗੇ ਰਿੱਕੀ ਸੰਧੂ ਨੂੰ ਜੀ ਪੂਰੀ ਟੀਮ ਓਮ ਗਲੋਬਲ ਦਾ ਕੰਮ ਹੈ ਇਹ ਇੱਕ ਜਨਰਲ ਗੱਲ ਕਰਨਾ ਕਿ ਆਸਟ੍ਰੇਲੀਅਨ ਬੇਸਡ ਕੰਪਨੀ ਹੈ ਸਾਡੀ ਮਾਰਾ ਏਜੰਟ ਆਸਟ੍ਰੇਲੀਆ ਮੈਲਬਰਨ ਆਫਿਸ ਦੇ ਵਿੱਚ ਪ੍ਰੋਸੈਸਿੰਗ ਕਰਦੇ ਆ ਇੱਕ ਸਰਕਾਰੀ ਵਕੀਲ ਨੇ ਫਾਈਲ ਕਰਨੀ ਹੈ ਜੋ ਕਿ ਉੱਥੋਂ ਦੇ ਕਾਨੂੰਨਾਂ ਨੂੰ ਸਮਝਿਆ ਉੱਥੋਂ ਦੀ ਪੜ੍ਹਾਈ ਕੀਤੀ ਹੈ ਲਾਅ ਪੜ੍ਹਿਆ ਪ੍ਰੈਕਟਿਸ ਕੀਤੀ ਪਰ ਇਹ ਕਿਹੜਾ ਕਾਨੂੰਨ ਹੈ ਜਿਹੜਾ ਬਾਕੀ ਕੰਸਲਟੈਂਟ ਨੂੰ ਪਤਾ ਹੀ ਨਹੀਂ ਸਰ ਦੇਖੋ ਹੁਣ ਜਿਹੜਾ ਬੰਦਾ ਇੱਥੋਂ ਝੇੜੂ ਨਹੀਂ ਪਾਰ ਕੀਤਾ ਜਿਹਨੇ ਪੜ੍ਹਾਈ ਨਹੀਂ ਕੀਤੀ ਆਸਟ੍ਰੇਲੀਆ ਕਦੀ ਦੇਖਿਆ ਹੀ ਨਹੀਂ ਹੈਗਾ ਜਿਹਨੇ ਯੂਟਿਊਬ ਤੇ ਜਾਂ ਟੀਵੀ ਦੇ ਉੱਤੇ ਜਾਂ ਫੋਨ 'ਚ ਆਸਟ੍ਰੇਲੀਆ ਦੇਖਿਆ ਉਹ ਕਹਿ ਨਹੀਂ ਸਕਦੇ ਉਸ ਬਾਰੇ ਰੀਸੈਂਟ ਜਿਹੜੀ ਅਪਡੇਟਸ ਹੈ ਪਲੱਸ 2 ਵਾਲਾ ਬੱਚਾ ਜਿਹੜਾ ਵੀ ਹੈ ਸਪਾਊਸ ਤੁਹਾਡਾ ਪਲੱਸ 2 ਹੈ ਨਵੀਂ ਮੈਰਿਜ ਹੈ ਓਮ ਗਲੋਬਲ ਤੁਹਾਡਾ ਸਪਾਊਸ ਕੇ ਆਸਟ੍ਰੇਲੀਆ ਲਵਾ ਕੇ ਦੇਗਾ ਇਹ ਰਿਕਾਰਡ ਹੋ ਜੇਗੀ ਵੀਡੀਓ ਬਿਲਕੁਲ ਜੀ ਬਿਲਕੁਲ ਚਾਹੇ ਤੁਸੀਂ ਜਿਹੜੇ ਵੀ ਏਰੀਆ ਦੇ ਤੁਸੀਂ ਪੰਜਾਬ ਦੇ ਹਿਮਾਚਲ ਦੇ ਹਰਿਆਣੇ ਦੇ ਓਮ ਗਲੋਬਲ ਕਹੋ 12ਵੀਂ ਪਾਸ ਮੇਨ ਐਪਲੀਕੈਂਟ 12ਵੀਂ ਪਾਸ ਸਪਾਊਸ ਦੋਨਾਂ ਨੂੰ ਸਪਾਊਸ ਵੀਜ਼ਾ ਆਸਟ੍ਰੇਲੀਆ ਲਵਾ ਕੇ ਦਾਂਗੇ ਕੋਈ ਮੈਰਿਜ ਪੁਰਾਣੀ ਨਹੀਂ ਚਾਹੀਦੀ ਨਵੀਂ ਮੈਰਿਜ ਤੇ ਅਸੀਂ ਵੀਜ਼ਾ ਲਵਾ ਕੇ ਦਾਂਗੇ ਕਿੰਨੇ ਬੈਂਡ ਕਿੰਨੇ ਚਾਹੀਦੇ 12ਵੀਂ ਪਾਸ ਬੱਚੇ 6 ਬੈਂਡ ਓਵਰਆਲ ਨਾਟ ਲੈਸ ਦੈਨ 5.5 ਜਾਂ ਪਾਸ ਆਊਟ ਕਦੋਂ ਚਾਹੀਦਾ ਪਾਸ ਆਊਟ ਮੈਨੂੰ 21 ਬਾਈ ਪਾਸ ਆਊਟ ਚਾਹੀਦਾ ਜੀ ਜਿਹੜੀ 2021-2022 ਪਾਸ ਹੋ 6 ਬੈਂਡ ਹੋ 12ਵੀਂ ਪਾਸ ਹੋ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਬਹੁਤ ਸਾਰੇ ਕੰਸਲਟੈਂਟ ਕਹਿੰਦੇ ਕਿ ਜੇਕਰ ਤੁਸੀਂ ਗ੍ਰੈਜੂਏਟ ਹੋ 6-6.5 ਬੈਂਡ ਹੈਗੇ ਆ ਤੁਹਾਡਾ ਜਿਹੜਾ ਡਿਪੈਂਡੈਂਟ ਆ ਉਹ ਵੀ ਗ੍ਰੈਜੂਏਟ ਹੈ ਤਾਂ ਜਿਹੜਾ ਇਹ ਆਸਟ੍ਰੇਲੀਆ ਵੀਜ਼ਾ ਲੱਗੂਗਾ ਵਰਸਿਜ਼ ਓਮ ਗਲੋਬਲ ਇਹ ਕਹਿ ਰਿਹਾ ਕਿ ਜੇਕਰ ਤੁਸੀਂ 12ਵੀਂ ਪਾਸ ਹੋ ਅੱਜ ਦੇ 6 ਬੈਂਡ ਹੈਗੇ ਆ ਤੁਹਾਡਾ ਸਪਾਊਸ ਵੀ 12ਵੀਂ ਪਾਸ ਆ ਤਾਂ ਵੀ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਇਹ ਤੋਂ ਇਲਾਵਾ ਆਸਟ੍ਰੇਲੀਆ ਦੀ ਗੱਲ ਕਰ ਲਈ ਯੂਕੇ ਲਈ ਕਿਹੜਾ ਬੱਚਾ ਆਵੇ ਬਹੁਤ ਸਾਰੇ ਬੱਚੇ ਮਾਰਕੀਟ 'ਚ ਜਿਹਨਾਂ ਦੀ ਕੈਸ਼ ਲੈਟਰਾਂ ਨਹੀਂ ਮਿਲ ਪਾ ਰਹੀਆਂ ਜਿਹਨਾਂ ਦੀ ਇੰਟਰਵਿਊਜ਼ ਕਲੀਅਰ ਨਹੀਂ ਹੋ ਪਾ ਰਹੀਆਂ ਜਾਂ ਲੋਕ ਕਹਿੰਦੇ ਜੀ ਅਸੀਂ ਸਾਡੇ ਕੰਸਲਟੈਂਟ ਕਹਿੰਦਾ ਜੀ 15 ਲੱਖ ਦੇ ਦਿਓ 20 ਲੱਖ ਰੁਪਇਆ ਦੇ ਦਿਓ ਬਟ ਉਹਨਾਂ ਕੋਲ ਨਾ ਤਾਂ ਆਫਰ ਲੈਟਰ ਮੰਗਵਾਈ ਜਾ ਰਹੀ ਹੈ ਨਾ ਕੈਸ਼ ਲੈਟਰ ਮੰਗਵਾਈ ਜਾ ਰਹੀ ਸਰ ਦੇਖੋ ਥੋੜ੍ਹੀ ਜਿਹੀ ਨਾ ਮੈਂ ਆਸਟ੍ਰੇਲੀਆ ਵਿੱਚ ਵੀ ਲੈ ਕੇ ਆਊਂਗਾ ਔਰ ਯੂਕੇ ਦਾ ਵੀ ਜਵਾਬ ਸੇਮ ਹੈ ਜੀ ਕਈ ਏਜੰਟ ਹੈ ਜਿਹੜੇ ਆਪ ਨਹੀਂ ਪੜ੍ਹੇ ਕਈ ਏਜੰਟ ਹੈ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਯੂਨੀਵਰਸਿਟੀ ਕਾਲਜਾਂ ਨਾਲ ਗੱਲ ਨਹੀਂ ਕਰ ਸਕਦੇ ਕਈ ਏਜੰਟ ਇੱਦਾਂ ਦੇ ਜਿਨ੍ਹਾਂ ਨੂੰ ਐਕਸਪੀਰੀਅੰਸ ਹੀ ਨਹੀਂ ਹੈਗਾ ਕਰਨਾ ਕੀ ਅਸੀਂ ਉਹ ਦੁਕਾਨਦਾਰ ਹੀ ਹੈ ਕਿ ਅੱਜ ਪਰਚੀ ਕੱਟੀ 20,000-25,000 ਲਿਆ ਅੱਗੇ ਕਿਸੇ ਚੱਜ ਦੇ ਏਜੰਟ ਨੂੰ ਕੇਸ ਦੇ ਦਿੱਤਾ ਆਪ ਦੇ ਪੱਲੇ ਹੱਥ ਕੁਝ ਵੀ ਨਹੀਂ ਹੈਗਾ ਪਰਚੇ ਕੱਟਦਾ ਹੀ ਹੋਊਗਾ ਸਰ ਦੇਖੋ ਮੇਰਾ ਕੰਮ ਹੈ ਜੀ ਵੀਜ਼ਾ ਇਹ ਵੀਜ਼ਾ ਕੰਪਨੀ ਹੈ ਇੱਕ ਵਾਰ ਮੈਂ ਚਾਹੂੰਗਾ ਪਲੀਜ਼ ਇੱਕ ਵਾਰ ਕੈਮਰਾ ਮਾਰ ਕੇ ਦਿਖਾਉਂਗੇ ਸਾਰੇ ਵੀਜ਼ਾ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀਜ਼ੇ ਦਿਖਾ ਦਿਓ ਠੀਕ ਹੈ ਸੰਧੂ ਸਾਹਿਬ ਵੀਜ਼ੇ ਲੱਗ ਗਏ ਤੁਹਾਡੇ ਹੋਰ ਕੰਪਨੀਆਂ ਦੇ ਵੀ ਵੀਜ਼ੇ ਲੱਗ ਗਏ ਪਰ ਮੈਨੂੰ ਆਹ ਗੱਲ ਬਹੁਤ ਬੁਰੀ ਲੱਗਦੀ ਜਦੋਂ ਕਹਿੰਦੇ ਕਿ ਪਰਚੀਆਂ ਕੱਟਦੇ ਪਰਚੀਆਂ ਹਰ ਕੋਈ ਕੱਟਦਾ ਅਸੀਂ ਆਪਣਾ ਕੰਮ ਕਰਦੇ ਅਸੀਂ ਵੀ ਕੰਮ ਕਰਕੇ ਪਰਚੀ ਕੱਟਦੇ ਤੁਸੀਂ ਕੰਮ ਕਰਦੇ ਤੁਸੀਂ ਵੀ ਪਰਚੀ ਕੱਟਦੇ ਹੋਗੇ ਅਸੀਂ ਆਪਣੀ ਲਾਈਨ ਨੂੰ ਵੱਡਾ ਕਰੀਏ ਅਸੀਂ ਏਜੰਟਾਂ ਨੂੰ ਮਾੜਾ ਕਿਉਂ ਕਹਿੰਦੇ
ਠੀਕ ਹੈ ਓਮ ਗਲੋਬਲ ਦੇ ਚਾਰ ਵੀਜ਼ੇ ਵੱਧ ਲੱਗ ਜਾਂਦੇ ਹੋਣਗੇ, ਬਾਕੀਆਂ ਦੇ ਘੱਟ ਲੱਗ ਜਾਂਦੇ ਹੋਣਗੇ, ਓਮ ਗਲੋਬਲ ਸਰਵਿਸ ਪਾਸ ਦੇ ਦਿੰਦਾ ਹੋਗਾ, ਬਾਕੀਆਂ ਕੋਈ ਸਰਵਿਸ ਨਹੀਂ ਹੁੰਦੀ, ਕਿਉਂਕਿ ਓਮ ਗਲੋਬਲ ਤੁਸੀਂ ਕਹਿੰਦੇ ਮਾਰਾ ਲੋਇਰ ਆਸਟ੍ਰੇਲੀਆ 'ਚ ਬੈਠੇ ਨੇ, ICCRC ਮੈਂਬਰ ਕੈਨੇਡਾ 'ਚ ਬੈਠੇ ਨੇ, ਹਰ ਇੱਕ ਕੰਮ ਤੁਸੀਂ ਵਕੀਲ ਦੇ ਥਰੂ ਕਰਦੇ ਹੋ। ਵਕੀਲ ਹਰ ਵਾਰ ਕਹਿੰਦੇ ਆ ਕਿ ਵਕੀਲ ਨੂੰ ਹਰ ਇੱਕ ਜਿਹੜੇ ਨੇ ਉਹ ਪੁਆਇੰਟਸ ਪਤਾ ਹੁੰਦੇ ਨੇ ਕਿ ਕਿੰਨਾ ਪੁਆਇੰਟਸ ਨੂੰ ਟਾਰਗੇਟ ਕਰਕੇ, ਕਿੰਨਾ ਪੁਆਇੰਟਸ ਨੂੰ ਹਾਈਲਾਈਟ ਕਰਕੇ ਉਹ ਵੀਜ਼ਾ ਲੈਣਾ। ਬਿਲਕੁਲ, ਜਿਹੜੇ ਬੱਚੇ ਦੀ GT ਕਲੀਅਰ ਨਹੀਂ ਹੋ ਰਹੀ, COE ਲੈਟਰ ਨਹੀਂ ਆ ਰਹੀ, ਓਮ ਗਲੋਬਲ ਕੋਲ ਵੀਜ਼ਾ ਅਪਲਾਈ ਕਰਾਓ, 15 ਦਿਨ 'ਚ ਤੁਹਾਡੀ ਫਾਈਲ ਅੰਬੈਸੀ 'ਚ ਲਾ ਕੇ ਦਾਂਗੇ। ਆਸਟ੍ਰੇਲੀਆ ਦੀ? ਬਿਲਕੁਲ ਆਸਟ੍ਰੇਲੀਆ ਦੇ। ਇੱਥੇ ਦੋ ਦੋ ਮਹੀਨੇ ਦਾ ਜਿਹੜੀ GT ਕਲੀਅਰ ਨਹੀਂ ਹੁੰਦੀ? ਸਰ ਮੇਰੀ ਪ੍ਰੈਜੈਂਸ ਹੈ ਜੀ ਆਸਟ੍ਰੇਲੀਆ ਦੇ ਵਿੱਚ, ਮੌਕੇ ਦੇ ਚੀਜ਼ਾਂ ਦੀ ਅਸੀਂ ਅਸੈਸਮੈਂਟ ਕਰਦੇ ਆ। 15 ਦਿਨ 'ਚ ਫਾਈਲ ਅੰਬੈਸੀ ਲਾਓਗੇ? 15 ਦਿਨ ਦੇ ਵਿੱਚ ਤੁਹਾਡੀ ਆਫਰ ਆਏਗੀ, ਵਿੱਚ ਤੁਹਾਡੀ GT ਅਪਰੂਵ ਹੋਏਗੀ, COE ਅਰੇਂਜ ਕਰਾ ਕੇ ਫਾਈਲ ਤੁਹਾਡੀ 15 ਦਿਨ 'ਚ ਵੀਜ਼ਾ 'ਚ ਲਾਊਂਗਾ ਅੰਬੈਸੀ 'ਚ। ਇਨਟੇਕ ਕਿਹੜਾ ਦਓਗੇ ਹੁਣ? ਨਵੰਬਰ ਇਨਟੇਕ, ਫੈਬ ਇਨਟੇਕ, ਦੋ ਇਨਟੇਕਸ ਅਵੇਲੇਬਲ ਹੈ ਜੀ। ਸੋ ਬਹੁਤ ਵੱਡੀ ਖਬਰ ਹੈ ਓਮ ਗਲੋਬਲ ਵੱਲੋਂ ਕਿ ਜੇਕਰ ਤੁਸੀਂ ਨਵੰਬਰ ਤੇ ਜਨਵਰੀ ਜਾਂ ਫਰਵਰੀ ਇਨਟੇਕ 'ਚ ਜਾਣਾ ਚਾਹੁੰਦੇ ਹੋ, 15 ਤੋਂ 20 ਦਿਨਾਂ ਦੇ ਵਿੱਚ ਤੁਹਾਡੀ ਆਫਰ ਲੈਟਰ ਮੰਗਵਾ ਕੇ, COE ਮੰਗਵਾ ਕੇ, GT ਕਲੀਅਰ ਕਰਕੇ ਫਾਈਲ ਅੰਬੈਸੀ 'ਚ ਲਾਈ ਜਾਊਗੀ ਜੇਕਰ ਆਸਟ੍ਰੇਲੀਆ ਜਾਣਾ। ਤੇ ਅੱਜ ਦੋ ਦੋ ਮਹੀਨੇ, ਤਿੰਨ ਤਿੰਨ ਮਹੀਨੇ ਜੋ ਲੋਕ ਵੇਟ ਕਰ ਰਹੇ, ਕਿਸੇ ਦੀ ਆਫਰ ਨਹੀਂ ਆ ਰਹੀ, COE ਨਹੀਂ ਆ ਰਹੀ, ਕਿਸੇ ਦੀ GT ਕਲੀਅਰ ਨਹੀਂ ਹੋ ਰਹੀ, 3 ਮਹੀਨੇ ਬਾਅਦ 4 ਮਹੀਨੇ ਬਾਅਦ ਏਜੰਟ ਕਹਿੰਦਾ ਤੇਰੀ GT ਕਲੀਅਰ ਨਹੀਂ, ਹੁਣ ਤੁਹਾਨੂੰ ਦੂਜੀ ਯੂਨੀਵਰਸਿਟੀ ਪਾ ਦਿੰਦੇ ਆ। 15 ਤੋਂ 20 ਦਿਨਾਂ ਦੇ ਵਿੱਚ ਫਾਈਲ ਅੰਬੈਸੀ ਲਾਈ ਜਾਊਗੀ ਤੁਹਾਡੀ, ਔਰ ਰਿਜ਼ਲਟ ਕਿੰਨੇ ਚਿਰ ਚਾਹੂਗਾ ਆਸਟ੍ਰੇਲੀਆ ਦਾ? ਰਿਜ਼ਲਟ ਦੇਖੋ ਅੰਬੈਸੀਜ਼ ਦੇ ਉੱਪਰ ਹੈ, ਇਸ ਟਾਈਮ ਕਾਫੀ ਬੈਕਲੋਗ ਆ, ਬਟ ਜੋ ਉਹਨਾਂ ਨੂੰ ਇਨਸਟਰਕਸ਼ਨ ਆਈ ਹੈ ਗਵਰਨਮੈਂਟ ਦੇ ਵੱਲੋਂ ਕਿ ਜਲਦੀ ਤੋਂ ਜਲਦੀ ਬੈਕਲੋਗ ਕਲੀਅਰ, ਵੀਜ਼ੇ ਆ ਰਹੇ ਆਸਟ੍ਰੇਲੀਆ ਦੇ, ਦੈਟਸ ਵਾਈ ਆਸਟ੍ਰੇਲੀਆ ਦੇ ਵੀਜ਼ੇ ਆ ਰਹੇ ਆ। ਸੋ ਬੜੇ ਵੱਡੇ ਪੱਧਰ ਦੇ ਉੱਤੇ ਆਸਟ੍ਰੇਲੀਆ ਦੇ ਵੀਜ਼ਾਸ ਗ੍ਰਾਂਟ ਹੋ ਰਹੇ। UK ਦੀ ਗੱਲ ਕਰਾਂ, ਕਈ ਏਜੰਟ ਇੱਦਾਂ ਦੇ ਜਿਨ੍ਹਾਂ ਕੋਲ ਕੈਸ਼ ਅਰੇਂਜ ਨਹੀਂ ਹੋ ਰਹੀ, 3-3 ਮਹੀਨੇ ਤੋਂ ਆਫਰ ਲੈਟਰ ਨਹੀਂ ਆ ਰਹੀ, ਓਮ ਗਲੋਬਲ ਦੇ ਆਫਿਸਿਸ ਦੇ ਵਿੱਚ ਆਓ, 3 ਮਹੀਨੇ 'ਚ ਵੀਜ਼ਾ ਕਰਾ ਕੇ ਭੇਜ ਦੂੰਗਾ ਜੀ। 3 ਮਹੀਨੇ 'ਚ ਆਫਰ ਲੈਟਰ ਵੀ ਆਜੂਗੀ, ਫੀਸਾਂ ਵੀ ਚਲੇ ਜਾਣਗੀਆਂ, ਬੱਚੇ ਕੋਲ ਚਲੋ ਫੰਡ ਤਾਂ ਹੁੰਦਾ ਹੀ ਆ, ਕੈਸ਼ ਲੈਟਰ ਵੀ ਆਜੂਗੀ ਔਰ ਵੀਜ਼ਾ ਵੀ ਆਜੂਗਾ, ਵੀਜ਼ਾ ਵੀ ਲੱਗ ਜੂਗਾ ਜੀ। ਵੈਸੇ ਵੀ ਮੈਨੂੰ ਲੱਗਦਾ ਪ੍ਰਾਇੋਰਟੀ ਤੇ ਸੁਪਰ ਪ੍ਰਾਇੋਰਟੀ ਸ਼ੁਰੂ ਹੋ ਗਈਆਂ, ਪ੍ਰਾਇੋਰਟੀ ਇਸ ਟਾਈਮ ਸਟਾਰਟ ਹੈ, ਵਿਦਨ ਵੀਕ ਐਪਲੀਕੇਸ਼ਨ ਦਾ ਰਿਜ਼ਲਟ ਆ ਜਾਂਦਾ ਜੀ। 5 ਤੋਂ 6 ਦਿਨ ਦੇ ਵਿੱਚ ਤੁਸੀਂ ਵੀ UK ਦਾ ਵੀਜ਼ਾ ਲੈ ਸਕਦੇ ਹੋ। ਹੁਣ ਇਸ ਤੋਂ ਇਲਾਵਾ ਅਮਰੀਕਾ ਦੀ ਗੱਲ ਕਰ ਲਈਏ, ਸਤੰਬਰ ਅਕਤੂਬਰ ਦੇ ਵਿੱਚ ਖੰਨਾ ਸਾਹਿਬ ਨਾਲ ਗੱਲ ਕੀਤੀ ਸੀ, ਪੁਨੀਤ ਖੰਨਾ ਜੀ ਨਾਲ, ਉਹ ਕਹਿੰਦੇ ਜੀ ਅਮਰੀਕਾ ਵੀਜ਼ਾ ਦਊਗਾ, ਉਹ ਤਾਂ ਲੱਗਾ ਕਿ ਨਹੀਂ, ਬਹੁਤੇ ਸਮੇਂ ਤੋਂ ਅਮਰੀਕਾ ਨੇ ਵੀਜ਼ੇ ਬੰਦ ਕੀਤੇ ਸੀ, ਸ਼ਾਇਦ ਨਹੀਂ ਦਊਗਾ, ਪਰ ਜਦੋਂ ਵੀਜ਼ੇ ਆਏ, 5-5, 7-7, 10-10 ਵੀਜ਼ੇ ਇਕੱਠੇ ਵੇਖੇ ਤਾਂ ਯਕੀਨ ਹੋ ਗਿਆ ਕਿ ਅਮਰੀਕਾ ਵੀਜ਼ਾ ਦਊਗਾ। ਹੁਣ ਇਸ ਸੈਮੀਨਾਰ ਦੇ ਵਿੱਚ ਤੁਸੀਂ ਇੱਕ ਵਾਰ ਫਿਰ ਤੋਂ ਆਵਾਜ਼ ਮਾਰ ਰਹੇ ਹੋ ਕਿ ਫਿਰ ਤੋਂ ਆਜੋ, ਸਮਾਂ ਫਿਰ ਉਹੀ ਆ ਗਿਆ। ਸਤੰਬਰ ਅਕਤੂਬਰ 'ਚ ਖੰਨਾ ਸਾਹਿਬ ਨੇ ਬਹਿ ਕੇ ਸ਼ੋਅ ਕੀਤੇ ਸੀ, ਸੋਸ਼ਲ ਮੀਡੀਆ ਤੇ ਗੱਲ ਕੀਤੀ ਸੀ, ਔਰ ਜਨਵਰੀ ਲਈ ਬਹੁਤ ਵੱਡੇ ਪੱਧਰ ਤੇ ਓਮ ਗਲੋਬਲ ਨੇ ਵੀਜ਼ੇ ਲਏ। ਬਿਲਕੁਲ, ਫਿਰ ਅਗਲਾ ਸੈਸ਼ਨ ਜਨਵਰੀ ਆ, ਲੱਗਦਾ ਇਸ ਵਾਰੀ ਅਮਰੀਕਾ ਵੀਜ਼ਾ ਦਊਗਾ। ਦੇਖੋ ਉਸ ਚੀਜ਼ ਦੇ ਉੱਤੇ ਪੁਨੀਤ ਸਰ ਪਹਿਲਾਂ ਆਪ US 'ਚ ਗਏ, ਰਿਸਰਚ ਕੀਤੀ, ਸਭ ਤੋਂ ਪਹਿਲਾਂ ਸ਼ੁਰੂ ਅਸੀਂ ਓਮ ਗਲੋਬਲ ਨੇ ਕੀਤਾ ਜੀ US ਸਟੱਡੀ ਵੀਜ਼ਾ। ਤੁਸੀਂ ਉਸ ਟਾਈਮ PTC ਦਾ ਸ਼ੋਅ ਮੈਨਾਂ ਕੀਤਾ, ਜਦੋਂ ਓਪਨਲੀ ਮੈਂ ਗੱਲ ਕਹੀ ਪੰਜਾਬ ਦੇ ਸਭ ਤੋਂ ਜ਼ਿਆਦਾ US ਦੇ ਵੀਜ਼ੇ ਸਾਡੇ ਕੋਲ ਹੈ, ਜੇ ਕੋਈ ਸਾਡੇ ਤੋਂ ਵੱਧ ਦਿਖਾਏਗਾ ਫ੍ਰੀ ਕੰਮ ਕਰਾਂਗੇ। ਸਟਿਲ ਉਹ ਚੀਜ਼ ਸੇਮ ਹੈ ਜੀ। ਹੁਣ ਜਿਹੜਾ ਟਾਈਮ ਹੈ USA ਦਿਲ ਖੋਲ ਕੇ ਵੀਜ਼ੇ ਦਊਗਾ, ਜਿਹੜੇ ਐਪਲੀਕੈਂਟਸ ਵਿਦਆਊਟ ਆਲਸ ਵੀਜ਼ਾ ਅਪਲਾਈ ਕਰਨਾ ਚਾਹੁੰਦੇ USA ਲਈ ਕਰ ਸਕਦੇ, UK ਲਈ ਕਰ ਸਕਦੇ। ਖਰਚਾ ਕਿੰਨਾ ਅਮਰੀਕਾ ਦਾ? ਕਾ ਸ਼ੋਅ ਕਰਨ ਕਰਮਲ ਜਾਵਾਂਗੇ? 2-2.5 ਲੱਖ ਦਾ ਖਰਚਾ ਜੀ। 2-2.5 ਲੱਖ ਰੁਪਏ ਅਮਰੀਕਾ ਦਾ? ਬਿਲਕੁਲ ਜੀ। ਉਹ ਕਿਉਂ ਦੋਵੇ ਬੱਚਾ ਤੁਹਾਨੂੰ 2.5 ਲੱਖ ਰੁਪਏ? 2.5 ਲੱਖ ਮੈਨੂੰ ਨਹੀਂ ਦੇਣਾ, ਜੋ ਯੂਨੀਵਰਸਿਟੀ ਦੀ ਫੀਸ ਆਏਗੀ ਤੁਸੀਂ ਉਹ ਦੇਣੀ ਹੈ, 2.5 ਲੱਖ ਦਾ ਉਹ ਖਰਚਾ ਹੈ। ਬਸ 2.5 ਲੱਖ ਦੇ ਵਿੱਚ ਯੂਨੀਵਰਸਿਟੀ ਦੀ ਫੀਸ ਵੀ ਹੈ? ਸਾਡੇ ਕੋਲ ਆਪਸ਼ਨਸ ਹੈਗੀਆਂ ਜੀ। ਕਈ ਵਾਰੀ ਬੱਚੇ ਨੂੰ ਕਿਹਾ ਜਾਂਦਾ ਤੈਨੂੰ 25 ਲੱਖ ਲਾਂਗੇ, 30 ਲੱਖ ਲਾਂਗੇ, ਕਈ ਜਣ ਪੈਕੇਜ ਕਰਦਾ, ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇ ਦਿਓ ਯੂਨੀਵਰਸਿਟੀ। ਅੱਛਾ, ਵਿਦਆਊਟ ਗੈਲਟ ਤੁਸੀਂ ਕਹਿ ਰਹੇ ਹੋ? ਬਿਲਕੁਲ, ਵਿਦਆਊਟ ਗੈਲਟ ਕਿੰਨਾ ਚੱਲੂਗਾ ਗੈਪ? ਦੇਖੋ ਜੀ, ਜਿਹੜਾ +2 ਵਾਲਾ ਬੱਚਾ 18 ਤੋਂ ਬਾਅਦ, 18 ਆਨਵਰਡ ਜਿਹੜੇ ਐਪਲੀਕੈਂਟਸ ਹੈਗੇ ਉਹ ਆ ਸਕਦੇ, ਗ੍ਰੈਜੂਏਟ 2015-16 ਆਨਵਰਡ ਐਪਲੀਕੇਸ਼ਨ ਮੇਰੇ ਕੋਲ ਆ ਸਕਦੀ ਹੈ। 12ਵੀਂ ਪਾਸ 4-5 ਸਾਲ ਦਾ ਗੈਪ, ਤੇ ਜੇਕਰ ਤੁਸੀਂ ਗ੍ਰੈਜੂਏਟ ਹੋ ਤਾਂ 7-8 ਸਾਲ ਦਾ ਗੈਪ ਜਿਹੜਾ ਚੱਲੂਗਾ। ਆਈਲੈਟਸ ਕੀਤੀ ਹੈ, ਨਹੀਂ ਕੀਤੀ ਕੋਈ ਪ੍ਰੋਬਲਮ ਨਹੀਂ ਹੈ। ਔਰ ਅਮਰੀਕਾ ਦਾ ਵੀਜ਼ਾ ਮਹਿਜ਼ 1 ਮਿੰਟ ਦੇ ਵਿੱਚ ਵੀਜ਼ਾ ਗ੍ਰਾਂਟ ਹੁੰਦਾ ਹੈ, ਔਰ ਰਿਫਿਊਜ਼ ਵੀ 1 ਮਿੰਟ 'ਚ ਹੀ ਹੁੰਦਾ। ਬਿਲਕੁਲ ਜੀ, ਜੇ ਤੁਹਾਨੂੰ ਪਤਾ ਤੁਸੀਂ ਅਮਰੀਕਾ ਕੀ ਕਰਨ ਜਾਣਾ, 1-1.5 ਮਿੰਟ ਦੇ ਵਿੱਚ ਬੋਲ ਕੇ ਤੁਸੀਂ ਅਮਰੀਕਾ ਦਾ ਵੀਜ਼ਾ ਲੈ ਸਕਦੇ ਹੋ। ਕੋਈ ਆਈਲੈਟਸ ਦੀ ਲੋੜ ਨਹੀਂ, ਕੋਈ ਨੰਬਰ ਨਹੀਂ ਚਾਹੀਦਾ 70%, ਕੋਈ ਡਾਕੂਮੈਂਟ ਨਹੀਂ ਕਹਿੰਦੀ ਅੰਬੈਸੀ ਲੈ ਕੇ ਆਓ, ਸਿਰਫ ਤੁਸੀਂ ਆਪਣਾ ਪਾਸਪੋਰਟ ਲੈ ਕੇ ਜਾਣਾ, ਆਪਣੀ ਸੈਵਿਸ ID ਲੈ ਕੇ ਜਾਣੀ ਹੈ, ਔਰ ਆਪਣੀ I-20 ਲੈ ਕੇ ਜਾਣੀ ਹੈ। 2-3 ਮਿੰਟ ਅੰਗਰੇਜ਼ੀ ਬੋਲੋ, ਵੀਜ਼ਾ ਦੇ ਦਿੰਦੇ ਆ ਜੀ। ਜੀ, ਸੋ ਤੁਸੀਂ ਸ਼ੀਸ਼ੇ ਅੱਗੇ ਖੜੇ ਹੋ ਜਾਓ, ਜੇ ਲੱਗਦਾ 2 ਮਿੰਟ ਜਾਂ 3 ਮਿੰਟ ਲਗਾਤਾਰ ਅੰਗਰੇਜ਼ੀ ਬੋਲ ਸਕਦੇ ਹੋ ਤਾਂ ਵੀਜ਼ਾ ਲੈ ਸਕਦੇ। ਓਮ ਗਲੋਬਲ ਦੇ ਦਫ਼ਤਰਾਂ 'ਚ ਆਓ, ਆਪਣੇ ਓਰਿਜਨਲ ਡਾਕੂਮੈਂਟ ਜ਼ਰੂਰ ਲੈ ਕੇ ਆਉਣੇ ਆ, ਖਾਲੀ ਹੱਥ ਨਹੀਂ ਆਉਣਾ। ਖਾਲੀ ਹੱਥ ਆਓਗੇ ਤਾਂ ਸ਼ਾਇਦ ਤੁਹਾਨੂੰ ਇਨਫੋਰਮੇਸ਼ਨ ਨਾ ਮਿਲ ਸਕੇ, ਕਿਉਂਕਿ ਜਦ ਤੱਕ ਤੁਸੀਂ ਰਿਪੋਰਟਾਂ ਲੈ ਕੇ ਡਾਕਟਰ ਦੇ ਕੋਲ ਨਹੀਂ ਜਾਂਦੇ, ਡਾਕਟਰ ਕਿਵੇਂ ਦੱਸੂਗਾ ਤੁਹਾਨੂੰ ਕੀ ਬਿਮਾਰੀ ਆ, ਉਹਦਾ ਹੱਲ ਕਿਵੇਂ ਕਰਾਂਗੇ। ਡਾਕੂਮੈਂਟਸ ਲੈ ਕੇ ਆਉਣਾ, ਪੇਰੈਂਟਸ ਨੂੰ ਜ਼ਰੂਰ ਲੈ ਕੇ ਆਉਣਾ, ਔਰ ਘਰ ਦੇ ਕਿਸੇ ਵੱਡੇ ਭੈਣ ਭਰਾ ਨੂੰ ਲੈ ਕੇ ਆਓ। ਸਮੇਂ ਤੇ ਪਹੁੰਚੋ, ਜਦੋਂ ਇਹ ਸ਼ੋਅ ਤੁਹਾਡੇ ਤੱਕ ਪਹੁੰਚਦਾ ਹੈ, ਥੱਲੇ TV ਤੇ ਨੰਬਰ ਚਲਾ ਰਿਹਾ, ਉਸ ਨੰਬਰ ਤੇ ਕਾਲ ਕਰੋ, ਸਕਰੀਨ ਤੇ ਚੱਲ ਰਹੇ ਨੰਬਰ ਤੇ ਕਾਲ ਕਰੋ, ਆਪਣੀ ਅਪਾਇੰਟਮੈਂਟ ਫਿਕਸ ਕਰੋ।